ਸਸਲੀਕੀਆ ਦੀ ਵਿਸ਼ਵਾਸ ਸੰਗਤ ਨੂੰ ਪੌਲੂਸ ਦਾ ਦੂਜਾ ਪੱਤਰ ਅਧਿਆਇ ਪਹਿਲਾ। ਪੌਲੂਸ ਸਿਲਵਾਨਸ ਅਤੇ ਤਿਮੋਥੀਅਸ ਵੱਲੋਂ ਥੈਸਲੋਨੀਕੀਆ ਦੀ ਵਿਸ਼ਵਾਸ ਸੰਗਤ ਦੇ ਲੋਕਾਂ ਨੂੰ ਨਮਸਕਾਰ, ਜਿਨ੍ਹਾਂ ਦਾ ਸੰਬੰਧ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਸੂ ਮਸੀਹ ਨਾਲ ਹੈ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਸਾਡਾ ਇਹ ਕਰਤੱਵ ਬਣਦਾ ਹੈ ਕਿ ਅਸੀਂ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰੀਏ। ਭਰਾਵੋ, ਇਹ ਕਰਨਾ ਵੀ ਠੀਕ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਵੱਧ ਰਿਹਾ ਹੈ ਅਤੇ ਆਪੋ ਵਿੱਚ ਦਾ ਪਿਆਰ ਤਾਂ ਹੋਰ ਵੀ ਅਧਿਕ ਵੱਧ ਰਿਹਾ ਹੈ। ਅਸੀਂ ਤੁਹਾਡੇ ਬਾਰੇ ਦੂਜੀਆਂ ਪਰਮੇਸ਼ਰ ਦੀਆਂ ਸੰਗਤਾਂ ਸਾਹਮਣੇ ਬੜੇ ਮਾਣ ਨਾਲ ਬੋਲਦੇ ਹਾਂ ਕਿਉਂਕਿ ਤੁਹਾਡਾ ਵਿਸ਼ਵਾਸ ਤੁਹਾਡੇ ਸਭ ਤਰ੍ਹਾਂ ਦੀਆਂ ਕਠਿਨਾਈਆਂ ਅਤੇ ਦੁੱਖਾਂ ਸਮੇਂ ਅਟੱਲ ਰਿਹਾ ਹੈ। ਤੁਸੀਂ ਪਰਮੇਸ਼ਰ ਦੇ ਨਿਆਂ ਦਾ ਇੱਕ ਸੱਚਾ ਸਬੂਤ ਹੋ। ਇਸੇ ਕਾਰਨ ਹੀ ਅੰਤ ਵਿੱਚ ਤੁਸੀਂ ਪਰਮੇਸ਼ਰ ਦੇ ਰਾਜ ਦੇ ਯੋਗ ਠਹਿਰੋਗੇ, ਜਿਸ ਦੇ ਲਈ ਤੁਸੀਂ ਦੁੱਖ ਸਹਿ ਰਹੇ ਹੋ। ਪਰਮੇਸ਼ਰ ਆਪਣੇ ਨਿਆਂ ਸਦਕਾ ਦੁੱਖ ਦੇਣ ਵਾਲਿਆਂ ਨੂੰ ਦੁੱਖ ਦੇਵੇਗਾ ਅਤੇ ਤੁਹਾਡੇ ਦੁੱਖਾਂ ਵਿੱਚ ਸਾਨੂੰ ਦੋਹਾਂ ਧਿਰਾਂ ਨੂੰ ਤੁਹਾਨੂੰ ਅਤੇ ਸਾਨੂੰ ਰਾਹਤ ਦੇਵੇਗਾ। ਇਹ ਉਸ ਸਮੇਂ ਹੋਵੇਗਾ ਜਦੋਂ ਪ੍ਰਭੂ ਯਸੂ ਆਪਣੇ ਸ਼ਕਤੀਸ਼ਾਲੀ ਸਵਰਗਦੂਤਾਂ ਦੇ ਨਾਲ ਸਵਰਗ ਤੋਂ ਬਲ ਦੀ ਅੱਗ ਦੇ ਵਿਚਕਾਰ ਪ੍ਰਗਟ ਹੋਵੇਗਾ। ਤਦ ਉਹ ਉਹਨਾਂ ਨੂੰ ਸਜ਼ਾ ਦੇਵੇਗਾ ਜੋ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਜੋ ਸਾਡੇ ਪ੍ਰਭੂ ਯਸੂ ਦੇ ਸ਼ੁਭ ਸਮਾਚਾਰ ਨੂੰ ਨਹੀਂ ਮੰਨਦੇ ਹਨ। ਉਹਨਾਂ ਦੀ ਸਜ਼ਾ ਇਹ ਹੋਵੇਗੀ, ਉਹ ਹਮੇਸ਼ਾ ਦੇ ਲਈ ਨਾਸ਼ ਕੀਤੇ ਜਾਣਗੇ ਅਤੇ ਪ੍ਰਭੂ ਦੀ ਹਜ਼ੂਰੀ ਅਤੇ ਉਸ ਦੀ ਮਹਿਮਾ ਤੋਂ ਦੂਰ ਕੀਤੇ ਜਾਣਗੇ। ਇਹ ਸਭ ਉਸ ਦਿਨ ਹੋਵੇਗਾ ਜਿਸ ਦਿਨ ਉਹ ਆਪਣੇ ਪਵਿੱਤਰ ਲੋਕਾਂ ਤੋਂ ਮਹਿਮਾ ਪ੍ਰਾਪਤ ਕਰਨ ਅਤੇ ਉਹਨਾਂ ਵਿੱਚ ਜਿਨ੍ਹਾਂ ਸਭ ਨੇ ਉਸ 'ਤੇ ਵਿਸ਼ਵਾਸ ਕੀਤਾ ਹੈ ਆਦਰ ਪ੍ਰਾਪਤ ਕਰਨ ਆਵੇਗਾ। ਇਸੇ ਕਾਰਨ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ਰ ਤੁਹਾਨੂੰ ਆਪਣੀ ਬੁਲਾਹਟ ਦੇ ਯੋਗ ਸਮਝੇ ਅਤੇ ਤੁਹਾਡੀਆਂ ਸਭ ਭਲੀਆਂ ਇੱਛਾਵਾਂ ਨੂੰ ਪੂਰਾ ਕਰੇ ਜਿਨ੍ਹਾਂ ਦਾ ਸੋਮਾ ਤੁਹਾਡਾ ਵਿਸ਼ਵਾਸ ਹੈ। ਸਾਡੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਸੂ ਦਾ ਨਾਂ ਤੁਹਾਡੇ ਵਿੱਚ ਮਹਿਮਾ ਪਾਵੇ ਅਤੇ ਤੁਸੀਂ ਵੀ ਉਸ ਵਿੱਚ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਸੂ ਮਸੀਹ ਦੀ ਕਿਰਪਾ ਦੁਆਰਾ ਮਹਿਮਾ ਪਾਵੋ।